ਬਠਿੰਡਾ ਵਿੱਚ ਆਲ ਸਟੂਡੈਂਟ ਯੂਨੀਅਨ ਪੰਜਾਬ ਵੱਲੋਂ ਅੱਜ ਸਰਕਾਰ ਦੇ ਪ੍ਰਤੀ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਉਹਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਪ੍ਰਤੀ ਨਾਰਾਜ਼ਗੀ ਜਤਾਈ। ਉਹਨਾਂ ਨੇ ਕਿਹਾ ਕਿ ਸਾਡੀਆਂ ਮੰਗਾਂ ਜਲਦ ਤੋਂ ਜਲਦ ਹੋਣੀਆਂ ਜਾਣ। ਬਠਿੰਡਾ ਤੋਂ ਹਰਪ੍ਰੀਤ ਸਿੰਘ ਦੀ ਰਿਪੋਰਟ। ਅਤੇ ਸਾਡੀ ਜਿਹੜੀ ਇੱਕ ਵਿਦਿਆਰਥੀ ਜਥੇਬੰਦੀ ਹੈ ਆਪਦੀ ਮੰਗਾਂ ਨੂੰ ਲੈ ਕੇ ਅੱਜ ਅਸੀਂ ਇੱਥੇ ਡੀ ਸੀ ਦਾ ਘਿਰਾਓ ਕਰਨਾ ਆ। ਇਹਦੇ 'ਚ ਸਾਡੀਆਂ ਕੁਛ ਕੁ ਮੰਗਾਂ ਨੇ, ਜਿਵੇਂ ਪਹਿਲੀ ਮੰਗ ਹੈਗੀ ਹੈ ਜਿਹੜਾ ਤੂੜੀ ਬਾਜ਼ਾਰ ਵਿੱਚ ਭਗਤ ਸਿੰਘ ਦਾ ਗੁਪਤ ਟਿਕਾਣਾ ਲੱਭਿਆ ਗਿਆ 2014 'ਚ ਲੱਭਿਆ ਗਿਆ, ਮਤਲਬ ਉਸ ਟਿਕਾਣੇ ਨੂੰ ਲੱਭੇ ਮਤਲਬ 90 ਸਾਲ ਹੋ ਗਏ, ਮਤਲਬ 90 ਸਾਲਾਂ 'ਚ ਜਿਹੜੀ ਸਰਕਾਰ ਹੈ ਉਹ ਸੁੱਤੀ ਪਈ ਸੀ, ਉਹਨੂੰ ਪਤਾ ਨਹੀਂ ਸੀ ਵੀ ਇਸ ਟਿਕਾਣੇ 'ਤੇ ਭਗਤ ਸਿੰਘ ਅਤੇ ਉਹਨਾਂ ਦੇ ਸਾਥੀ ਜਿਹੜੇ ਕਿ 6 ਮਹੀਨਿਆਂ ਤੱਕ ਰਹਿੰਦੇ ਰਹੇ ਆ। ਅਤੇ ਉਸ ਤੋਂ ਜਿਹੜੀ ਅਗਲੀ ਮੰਗ ਹੈਗੀ ਹੈ ਵੀ ਜਿਹੜੀ ਲੜਕੀਆਂ ਦੀ ਐਜੂਕੇਸ਼ਨ ਹੈ ਉਹ ਮੁਫਤ ਹੋਣੀ ਚਾਹੀਦੀ ਹੈ, ਮੁਫਤ ਦਾ ਮਤਲਬ ਬਿਲਕੁਲ ਫ੍ਰੀ ਹੋਣੀ ਚਾਹੀਦੀ, PhD ਤੱਕ ਬਿਲਕੁਲ ਫ੍ਰੀ। ਅਤੇ ਜਿਹੜੀ ਅਗਲੀ ਮੰਗ ਹੈਗੀ ਆ, ਜਿਹੜੇ ਆਪਾਂ ਕਹਿੰਦੇ ਨਾ ਵੀ SC ਜਾਂ ਮਤਲਬ ਵਿਦਿਆਰਥੀ ਦੀ ਫੀਸ ਮਾਫ਼ ਹੁੰਦੀ, ਜਰਨਲ ਦੀ ਕਿਉਂ ਨਹੀਂ ਹੁੰਦੀ? ਸਾਨੂੰ ਮਤਲਬ ਅਸੀਂ ਮੰਗ ਕਰ ਰਹੇ ਹਾਂ ਵੀ ਜਿਹੜਾ ਇਹ ਫੀਸ ਮਾਫ਼ੀ ਦਾ ਇਹਨਾਂ ਨੇ ਢਾਂਚਾ ਬਣਾਇਆ ਉਹ ਜਾਤ ਦੇ ਆਧਾਰ 'ਤੇ ਨਹੀਂ, ਆਰਥਿਕ ਢਾਂਚੇ ਦੇ ਆਧਾਰ 'ਤੇ ਹੋਵੇ, ਇਸ ਲਈ ਇਨਕਮ ਲਿਮਿਟ ਬਣਾ ਕੇ ਹੋਵੇ। ਜਿਵੇਂ 2.5 ਲੱਖ ਤੋਂ ਘੱਟ ਆਮਦਨ ਵਾਲੇ SC BC ਜਰਨਲ ਹੈ ਉਹਨਾਂ ਦੀ ਸਾਰਿਆਂ ਦੀ ਫੀਸ ਮਾਫ਼ ਹੋਣੀ ਚਾਹੀਦੀ ਹੈ, ਭਲਾ ਉਹ ਕਿਸੇ ਵੀ ਜਾਤ ਨਾਲ ਸੰਬੰਧ ਰੱਖਦੇ ਹੋਣ। ਅਤੇ ਜਿਹੜੀ ਅਗਲੀ ਮੰਗ ਹੈਗੀ ਹੈ ਰਿਪੇਅਰ ਰਿਵੈਲਿਊਸ਼ਨ ਫੀਸ ਹੈ ਉਹਨੂੰ ਮਾਫ਼ ਕੀਤਾ ਜਾਣਾ ਚਾਹੀਦਾ। ਅਤੇ ਜਿਹੜਾ ਅੱਜ ਅਸੀਂ ਖਬਰਾਂ ਦੇਖ ਰਹੇ ਹਾਂ ਵੀ ਦਲਿਤਾਂ ਨਾਲ ਜਿਹੜਾ ਧੱਕਾ ਉਹ ਘਟਿਆ ਨਹੀਂ ਸਗੋਂ ਵੱਧ ਗਿਆ, ਅਤੇ ਜਿਹੜੀ ਉਹਨਾਂ ਦੇ ਇਨਕਮ ਲਿਮਿਟ ਖਤਮ ਕਰਕੇ ਉਹਨਾਂ ਦੀ ਸਾਰੀ ਫੀਸ ਹੀ ਮਾਫ਼ ਹੋਣੀ ਚਾਹੀਦੀ ਹੈ। ਇਹਨਾਂ ਮੰਗਾਂ ਨੂੰ ਲੈ ਕੇ ਅੱਜ ਅਸੀਂ ਧਰਨਾ ਰੱਖਿਆ।